ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਤੁਸੀਂ ਜਿਵੇਂ ਤੁਹਾਨੂੰ ਪਤਾ ਮੇਰਾ ਨਾਮ ਸੁਮਿਤ ਕਰਿਆੜਾ ਮੇਰਾ ਨਾਮ ਆ ਮਨਪ੍ਰੀਤ ਕਰਿਆੜ ਆਪਾਂ ਜੀ ਮਨਜੋਸ਼ ਕਰਿਆੜ ਤੇ ਅੱਜ ਤੁਹਾਨੂੰ ਕਰਾ ਰਹੇ ਆਪਾਂ ਹੋਮ ਟੂਰ ਅੱਜ ਤੁਹਾਨੂੰ ਵਿਖਾ ਲਈ ਆਪਣਾ ਹੋਮ ਸਾਡੇ ਬਾਹਰ ਦਾ ਵੇੜਾ ਆ ਜੀ ਬਾਹਰ ਹੀ ਲੋਕਾਂ ਵੇੜੇ ਤੋਂ ਬਾਹਰ ਵੇੜਾ ਜਿਹੜਾ ਆ क्यारी फुला इधर वा बलारो गड्डी ट्रैक्टर आओ मेरा पल्सर मोटरसाइकिल आ दो स्कूटरियां एक पलटीना इन्ने हड़का संद वा आड़ी पार्क आ नवे बाथरूम बनाए आप अजे अजे इन्हें तैयारी नहीं कराई लॉकडाउन लग गया पैसे घट गए अजे मिस्त्री भी नहीं मिलन दे थोड़ी प्रॉब्लम मिस्त्रियों की आ रही पिछे पिछे भी अलगन कराई पिछे अपन लाई काले अंगूर की बेल ट्रैक्टर विखाता वा ट्रैक्टर ट्रैक्टर विखा दो लूबी लूबी आओ जानी पौड़ियां तां नूं समरीत दा स्टडी टेबल पढ़दी है नहीं लैके इधर की दा बस ल्याउण दा चाह हीगा ते इधर ला एक एयर रूम है साडा ओह सिनरी दिखा लो इवनिंग मैं बनाई आ पोस्टर लैके डेकोरेट कीता है बुआ बंद कर लोग आंदे ए है सिनरी मतलब बैकयार्ड मगर खेत मगर साड़ी खेत स्लैप नहीं है बेड
अलमारी मेरी है। मंजोत दी दो मिला के एक बन दिया कपड़े तभी नहीं सामभे जाते आंदे फिर नहीं कोई भी मोटा हो ना शिंदी कदी इन्होंने मोटे प्राइज हर जगह क्योंकि मेन जगह ही नहीं मिलती रखा रखा मेरे नील दे खंभ साडा पहला मोर ही जड़ा ओदे खंभ आ ते ओ मर गया हुण जिहड़ा कोई मंगदा वा ए खंभ मेरे देण नूं दिल नहीं करदा फिर मैं नवे इकट्ठे करके फेर दिंदी ओ कैमरामैन ए कैमरामैन ए साडा आ वाश बेसन ए जितना ही लैणा हैगा ते भज कहिंदे हैगे कि बजट थोड़ा वा बजट नहीं दसिया फिर अगले दिन अं मंजोर भेजा कि सानू नहीं पसंद पसंद आया कुछ भी अत फिर अगले दिन जाके इन्होंने यही वाला पसंद कर लिया फिर सानू बड़ी खुशी हुई कि सर शुक्र है कोई चीज सारी पसंद की आई पर ए राही आई प्राइज बाबा ने बाते दिते सी प्राइज जीतीए तो मोमेंटो नहीं मिलिया चेक मिलिया है चेक फिर लैंदा ही आपां घर नगद पैसे दिंदे आ पर ये चेक फोटो चोना दिंदे आ ये वाली फोटो इन्हां दी ब्याह तो पहला दी आ पापा ने जदों इन्हां नूं जॉब मिली हैगी उदों दी ये वाली फोटो आ प्रकाश सिंह बादल दे नाल ये भी उदों दी है ना पहला दी बडला डी दी आ हां ये भी पहला दी आ मैरिज तो आ मैं जवानी वेले थोड़ी सामान थोड़ा पैन इधर साडिया लगियां सीगियां फोटो ए साडी इंगेजमेंट दी फोटो आ मम्मा वा पापा वा ते मम्मा साडे हुण दुनिया दे विच नहीं हैगे ते पापा साडे इंग्लैंड आ ते ए वाला आ इहदे ते की टंगी दियां आ
ਤੇ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਆ ਮੈਂ ਭੁੱਜ ਬਣਾਈਆਂ ਆ। ਇਹ ਵਾਲੇ ਆ ਬਾਜਰੇ ਦੇ ਸਿੱਟੇ ਆ ਤੇ ਇਹ ਜਿਹੜੇ ਝਾੜੂ ਆ ਉਹਨੂੰ ਕੀਤਾ ਹੈ ਡੈਕੋਰੇਟ। ਇਹ ਵਾਲਾ ਬਰਸਨ ਦੇ ਵਿੱਚ ਉੱਗਦਾ ਵਾ, ਇਹ ਨਾਂ ਨਹੀਂ ਮੈਨੂੰ ਪਤਾ ਕੀ ਹੈ, ਜਵੀ ਜੀ ਆ ਉਹ ਕਣਕ ਦੇ ਵਿੱਚ ਤੇ ਝੋਨੇ 'ਚ। ਹਾਂ ਆ ਝੋਨੇ 'ਚ ਆ ਜੀ ਇਹ ਵਾਲੇ। ਹਾਂ ਇਹ ਜਿਹੜੇ ਝੋਨੇ ਵਿੱਚ ਹੁੰਦੇ ਸੀ ਤੁੰਬੇ, ਜਿਨ੍ਹਾਂ ਨੂੰ ਆਪਾਂ ਇੱਦਾਂ ਕਰਕੇ ਖਿਲਾਰ ਦਿੰਦੇ ਸੀ ਇੱਕ ਦੂਜੇ ਦੇ ਪਾਈ ਜਾਂਦੇ ਸੀ ਉਹ ਵਾਲੇ ਆ। ਬਾਕੀ ਆ ਝਾੜੂ ਝੂੜੂ ਜੇ ਆ, ਇਹਨਾਂ ਨੂੰ ਸਾਰਿਆਂ ਨੂੰ ਕਲਰ ਕਰਕੇ ਇੱਥੇ ਲਾ ਤਾ ਮੈਂ। ਬਾਕੀ ਸਾਡੇ ਉੱਪਰ ਆ ਤੇ ਉੱਪਰ ਤੇ ਇੱਕ ਮੌਂਟੀ ਮੌਂਟੀ ਆ ਤੇ ਉੱਪਰ ਜਿਹੜਾ ਇਹਨੂੰ ਤਾਂ ਬੰਦ ਵਾ, ਮੈਂ ਜਾਂਦੀ ਨਹੀਂ ਉੱਪਰ। ਤੂੰ ਉੱਪਰ ਖਲਾਰਾ ਬੜਾ ਪਿਆ ਜੇ ਵੇਖਣਾ ਵਖਾ ਵਖਾ ਦਾ ਉੱਪਰ। ਮੈਂ ਇਹਨੂੰ ਗਈ ਨੂੰ 7 ਮਹੀਨੇ ਹੋ ਗਿਆ ਮੈਨੂੰ ਗਈ ਨਹੀਂ। ਝਾੜੂ ਵੀ ਮੈਂ ਸੰਗੀਤ ਕੋਲ ਕਦੀ ਕਦੀ ਲਵਾ ਲੈਂਦੀ ਹੁੰਦੀ ਆ ਤੇ ਪੋਚਾ ਪੋਚਾ ਮੰਜੂ ਲਾ ਦਿੰਦੇ ਆ ਕਦੀ। ਚਲ ਮੈਂ ਨਾ ਸਮਰੀਤ ਖਾ ਲਿਆਉਂਦੇ ਯਾਰ, ਚਾਹ ਸਮਰੀਤ ਖਾ ਲਿਆ ਜੀ ਉੱਤੇ। ਸਮਰੀਤ ਨੇ ਖਾਰਾ ਬਹੁਤ ਹੋਇਆ ਹਨਾ ਉੱਤੇ, ਸਮਰੀਤ ਤੇ ਖੇਡਦੀ ਹੈ ਨਾ, ਸਮਰੀਤ ਉੱਤੇ ਖੇਡਦੀ ਰਹਿੰਦੀ ਆ ਆਪਣੇ ਫਰੈਂਡਸ ਨੂੰ ਨਾਲ ਲੈ ਕੇ। ਚਲੋ ਮੇਰੇ ਪਈਆਂ ਖੱਲੀਆਂ ਪੱਟਾਂ 'ਚ ਹੈਂ ਨਹੀਂ ਪਹੁੰਚਾ ਸਕਦਾ। ਇੱਥੇ ਸਮਰੀਰ ਨੇ ਪਾਇਆ ਖਲਾਰਾ, ਆਹ ਡਰਮੀ ਸਾਡੇ ਚੌਲ ਵਾ, ਆਹ ਸਾਡਾ ਡੈੱਕ ਵਾ, ਆਹ ਤੁਹਾਨੂੰ ਬਾਹਰ ਦੀ ਲੁੱਕ ਵਿਖਾ ਦਿਓ ਉੱਤਰੋਂ ਚੰਬਾਰ ਆ ਆਹ ਜੀ ਹੱਡੀ ਬਾਹਰ ਤੇ ਆ ਜੀ ਸਾਡਾ ਵਿਹੜਾ। ਆਹ ਸਾਡਾ ਪੋਸ਼ਣ ਤੇ ਇੱਧਰ ਸਾਡਾ ਪਿੰਡ ਵਾ ਸਿੱਧਾ ਜੀ, ਇੱਧਰ ਮੇਰੇ ਸਹੁਰਿਆਂ ਦਾ ਪਿੰਡ ਵਾ ਵੇਠਵੀਂ। ਚਲ ਮੈਂ ਖਾਲ ਦਿੰਦੀ ਤੁਹਾਨੂੰ ਪਹਿਚਾਣੀ ਗਏ ਹੋਣਗੇ ਆਹ ਪਿੰਡ ਸਾਹਮਣੇ ਦਿਖਾਂਡਿਆ ਮੇਰੇ ਸਹੁਰਿਆਂ ਦਾ। ਹੁਣ ਚੱਲੇ ਆਪਾਂ ਸਭ ਤੋਂ ਉੱਪਰ ਅਜੇ ਸਾਡੀ ਕੋਠੀ ਤਿਆਰ ਨੀ ਪੂਰੀ ਹੋਈ, ਆਪਾਂ ਅਜੇ ਕਰਾਉਣੀ ਤਿਆਰ ਪੂਰੀ, ਇਹ ਮਿਸਤਰੀਆਂ ਲੱਗਣੇ ਡਿਆ ਟਾਈਮ। ਆਹ ਸਾਡਾ ਉਤਲਾ ਪਾਸਾ ਜੀ ਸਾਰਾ, ਸਾਡਾ ਕਿਸਾਨੀ ਝੰਡਾ ਮਿਸਤਰੀ ਲੱਗੇ ਆ ਤਾਇਆ ਜੀ ਘਰ, ਉਹ ਸਾਹਮਣੇ ਕੋਠੀ ਪੈ ਬਣੀ ਜਿਹੜੀ ਆਹ ਸਾਡੇ ਖੇਤ ਆ ਜੀ ਸਾਰੇ, ਇੱਕ ਸਾਡੀ ਮੋਟਰ ਉੱਧਰ ਵਾ ਉੱਧਰ ਗਾਂ, ਦੂਜੀ ਮੋਟਰ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਥੱਲੇ ਜਾ ਕੇ ਮਿਲ ਗਏ। ਇਹ ਸਾਡਾ ਕਬੂਤਰਾਂ ਦਾ ਆਲਾ ਜੀ, ਇੱਥੇ ਰੱਖਣੇ ਆਪਾਂ ਕਬੂਤਰ ਅਤੇ ਰੱਖਾਂਗੇ ਆਪਾਂ ਲੱਕੇ ਕਬੂਤਰ ਸਰਤਾਂ ਵਾਲੇ ਨਹੀਂ ਜਿਨ੍ਹਾਂ ਪੈਲ ਜੀ ਪਾਉਂਦੇ। ਆਹ ਮੇਰਾ ਰੈਸਟ ਰੂਮ ਆ, ਮੇਰੇ ਫੋਨ ਦੀ ਰੇਂਜ ਨਹੀਂ ਆਉਂਦੀ, ਇੱਥੇ ਆ ਕੇ ਮੈਂ ਫੋਨ ਯੂਜ ਕਰਦਾ ਨਾ। ਅਸੀਂ ਹੁਣ ਆ ਗਏ ਥੱਲੇ,
ਕਰ ਲਈ ਉਹਨਾਂ ਚ ਰੈਸਟ ਅਸੀਂ ਥੱਕ ਗਏ ਉੱਤੇ ਤਨੀਰ ਥੱਕ ਗਏ ਨਾ ਇਸ ਲਈ ਮੈਨੂੰ ਉੱਤੇ ਜਾਣਾ ਮਨਾਇਆ ਤੇ ਹੁਣ ਆਪਾਂ ਜਦੋਂ ਕਰਵਾਵਾਂਗੇ ਪੇਂਟ ਫਿਰ ਦੁਬਾਰਾ ਤੋਂ ਹਮ ਟੂਰ ਕਰਵਾਵਾਂਗੇ ਹਜੇ ਇੱਕ ਘਰ ਸਾਡਾ ਹੋਰ ਰਹਿੰਦਾ ਹੈ ਕਿਉਂਕਿ ਇਹ ਦੋ ਪੋਰਸ਼ਨ ਆ ਸੁਖਦੀਪ ਦਾ ਤੇ ਉਦੇ ਦੀਪ ਦਾ ਇਹਨਾਂ ਦੋਨਾਂ ਦੇ ਵੱਖਰੇ ਵੱਖਰੇ ਪੋਰਸ਼ਨ ਆ ਤੇ ਉਹਦਾ ਵੀ ਕਰਵਾਵਾਂਗੇ ਹਮ ਟੂਰ ਅਸੀਂ ਕਿਹਾ ਫਿਰ ਜ਼ਿਆਦਾ ਲੰਮਾ ਹੋ ਜਾਣਾ ਆ ਪਰ ਵੈਸੇ ਉਹ ਸੇਮ ਟੂ ਸੇਮ ਇਵੇਂ ਦਾ ਹੀ ਆ ਬਸ ਪਰਦੇ ਪੁਰਦੇ ਚਾਦਰਾਂ ਵੱਖਰੀਆਂ ਵਾ ਹਾਂ ਉਹ ਆਪਣੀ ਮਰਜ਼ੀ ਨਾਲ ਮਤਲਬ ਆਪਣੀ ਚੁਆਇਸ ਦੇ ਅਕੋਰਡਿੰਗ ਬੈੱਡ ਬੁੱਡ ਬੱਚਿਆਂ ਦੇ ਅਕੋਰਡਿੰਗਲੀ ਕਲਰ ਆਏ ਆ ਸੋਫੇ ਬੈੱਡ ਵਗੈਰਾ ਉਹ ਪਹਿਲਾਂ ਦੇ ਹੀਗੇ ਉਹ ਮਤਲਬ ਫਰਨੀਚਰ ਲੱਗ ਗਿਆ ਪਰਦੇ ਲੱਗ ਗਿਆ ਬਾਕੀ ਪੋਰਸ਼ਨ ਜਿਵੇਂ ਇਧਰ ਆ ਸੇਮ ਟੂ ਸੇਮ 100% ਜੋ ਸਮਾਨ ਇਧਰ ਲੱਗਾ ਸੇਮ ਹੀ ਉਧਰ ਲੱਗਾ ਪਰ ਜੇ ਤੁਹਾਡੀ ਵਿਸ਼ ਹੋਗੀ ਅਸੀਂ ਜ਼ਰੂਰ ਉਹਨੂੰ ਦਿਖਾਵਾਂਗੇ ਇੱਕ ਚੀਜ਼ ਰਹਿ ਗਈ ਕਿ ਜੋ ਵਾਲੀ ਮੇਨ ਪੇਂਟਿੰਗ ਤੇ ਰਹਿ ਗਈ ਤੇ ਇਹ ਆ ਕਲੇ ਪੇਂਟਿੰਗ ਇਹ ਵਾਲੀ ਸ਼ਾਇਦ ਕਿਸੇ ਕਿਸੇ ਨੂੰ ਪਤਾ ਹੋਊਗਾ ਕਲੇ ਦਾ ਪਾਊਡਰ ਮਿਲਦਾ ਆ ਜਿਵੇਂ ਮਤਲਬ ਸੀਮਟ ਹੁੰਦਾ ਆ ਨਾ ਵਾਈਟ ਸੀਮਟ ਹੁੰਦਾ ਵਾ ਉਵੇਂ ਦਾ ਹੁੰਦਾ ਵਾ ਇਹ ਜੋ ਠਾਕਾ ਲੱਗਾ ਸੀ ਉਦੋਂ ਇਹਦੇ ਤੇ ਠਾਕਾ ਲੱਗਿਆ ਸੀਗਾ ਉਹ ਦੇ ਸਾਲ ਕੇ ਬਾਅਦ ਭੇਜਤੀ ਸੀ ਨੇ ਬਣਾ ਕੇ ਇੱਕ ਮਨਜੋਤ ਨੂੰ ਤੇ ਇੱਕ ਦੀਦੀ ਨੂੰ ਇਹ ਮਤਲਬ ਇਹ ਵੀ ਜਿਹੜੀਆਂ ਪੇਂਟਿੰਗਸ ਹਨ ਮੇਰੇ ਉੱਥੇ ਪੇਕੇ ਘਰ ਵੀ ਸਾਰਿਆਂ ਦੇ ਘਰ ਦੇ ਵਿੱਚ ਆ ਤੇ ਰਿਲੇਟਿਵਸ ਵੀ ਕਿਸੇ ਕਿਸੇ ਕੋਲ ਹੈਗੀਆਂ ਬਣਦੀ ਵੀ ਔਖੀ ਸੀ ਤੇ ਹੈ ਪੈਂਦੀ ਵੀ ਕੋਸਟਲੀ ਸੀਗੀ ਤੇ ਇਸ ਲਈ ਮਤਲਬ ਕਿਸੇ ਕਿਸੇ ਨੂੰ ਬਣਾ ਬਣਾ ਕੇ ਦੇ ਦਿੱਤੀਆਂ ਆ ਕਿਉਂਕਿ ਫਿਰ ਅੱਗੇ ਸਟੱਡੀ ਸ਼ੁਰੂ ਹੋ ਗਈ ਫਿਰ ਐਡੀ ਬਣਦੀ ਨਹੀਂ ਜਾਂਦੀ ਸੀਗੀ ਉਹਦੇ ਨਾਲ ਨਾਲ ਪਰ ਇਹਨੇ ਬਣਦੀ ਬਹੁਤ ਮਿਹਨਤ ਨਾ ਪਰ ਰਹਿੰਦੀ ਜ਼ਿੰਦਗੀ ਭਰ ਆ ਇਹ ਜੀ ਸਾਡਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬ ਨੂੰ ਭੁੱਲਿਓ ਨਾ ਤੇ ਨੋਟੀਫਿਕੇਸ਼ਨ ਦੀ ਬੈਲ ਵੀ ਆਨ ਕਰ ਲਿਓ ਤਾਂ ਕਿ ਫਿਰ ਜਿਹੜੇ ਵਲੌਗ ਅਪਲੋਡ ਹੁੰਦੇ ਆ ਉਹ ਦੇਖ ਲਿਆ ਕਰੋ ਉਹ ਨਾਲੇ ਪਤਾ ਲੱਗ ਜਾ ਕਿਹੜੀ ਕਦੋਂ ਕਦੋਂ 70% ਸਾਨੂੰ ਉਹ ਲੋਕੀ ਵੇਖਦੇ ਆ ਜਿਨ੍ਹਾਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਨਹੀਂ 80% 80% ਹਾਂ ਤੇ ਪਲੀਜ਼ ਵੇਖਦੇ ਹੋ ਸਬਸਕ੍ਰਾਈਬ ਵੀ ਕਰ ਲਿਓ ਤੇ ਹੌਲੀ ਹੌਲੀ ਆਪਾਂ ਆਪਣੀ ਜਿਹੜੀ ਆ ਇੰਪਰੂਵਮੈਂਟ ਆਈ ਆ ਇੰਪਰੂਵਮੈਂਟ ਤੁਸੀਂ ਕਿਹਾ ਵਾ ਆਈ ਆ ਹਾਂ ਤੁਸੀਂ ਕਿਹਾ ਆ ਮਤਲਬ ਕਮੈਂਟਸ ਵਿੱਚ ਪਤਾ ਲੱਗਦਾ ਆ ਤੇ ਇਵੇਂ ਹੀ ਜੇ ਮਤਲਬ ਤੁਸੀਂ ਫਰੈਂਕ ਹੋਵੋਗੇ ਤੇ ਇਵੇਂ ਹੀ ਅਸੀਂ ਵੀ ਫਿਰ ਜਿਹੜਾ ਫਰੈਂਕ ਹੋਵਾਂਗੇ ਤੁਹਾਡੇ ਨਾਲ ਤੇ ਆਪਣੇ ਵਿੱਚ ਜ਼ਿਆਦਾ ਇੰਪਰੂਵਮੈਂਟ ਲੈ ਕੇ ਆਵਾਂਗੇ ਚਲੋ ਜੀ ਫਿਰ ਕਰਦੇ ਹਾਂ ਵਲੌਗ ਐਂਡ ਬਾਏ 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 ਧੰਨਵਾਦ